ਗੋਭੀ ਖਾ ਖਾ ਕੇ ਬੰਦਾ ਗੋਭੀ ਵਰਗਾ ਹੋ ਜਾਂਦਾ ਕਿੱਡਾ ਕੈਸੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਅਵਰ ਚੈਨਲ ਜਿਹਦਾ ਨਾਮ ਹੈ ਗਗਨ ਗੋਲਡੀ ਵਲੌਗਸ। ਹੋਪ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਅੱਜ ਹੈਗੀ ਹੈ 1 ਮਾਰਚ, ਗਗਨ ਹੋ ਰਹੇ ਆ ਰੈਡੀ ਮੰਡੀ ਜਾਣ ਵਾਸਤੇ। 4 ਵੱਜਦੇ ਆ ਤੇ ਸਵੇਰ ਦਾ ਮੈਨੂੰ ਸਿਰ ਖਾਈ ਜਾਂਦੀ, ਕਹਿੰਦੀ ਮੰਡੀ ਜਾਓ। ਉੱਥੇ ਬਸ ਇਹਨਾਂ ਨੇ ਆਪਣਾ ਡੇਰਾ ਲਾਇਆ ਹੋਇਆ ਵਾ, ਆਹ ਉਦੋਂ ਦੇ ਉੱਥੋਂ ਦੀ ਹੁਣ ਉੱਠੇ ਆ, ਕਿਉਂਕਿ ਹੁਣ ਇਹਨਾਂ ਨੂੰ ਭੁੱਖ ਲੱਗੀ ਆ ਤੇ ਤਾਂ ਕਰਕੇ ਉੱਠੇ ਆ, ਨਹੀਂ ਤੇ ਮੈਂ ਕਦੋਂ ਦੀ ਰੌਲਾ ਪਾਣੀ ਪਈ ਹਾਂ ਕਿ ਉੱਠ ਜਾਓ ਮੈਨੂੰ ਸਬਜ਼ੀਆਂ ਲਿਆ ਕੇ ਦੇ ਦਿਓ, ਫੇਰ ਹੀ ਕੁਛ ਬਣਾ ਕੇ ਖਵਾਉਂਗੀ। ਕੀ ਖਾਣਾ ਖਵਾਉਂਗੇ? ਸਬਜ਼ੀਆਂ ਲਿਆਓ ਫਿਰ ਦੇਖਦੇ ਆ। ਸਬਜ਼ੀਆਂ ਖਵਾਉਂਗੇ? ਨਹੀਂ, ਕੁਛ ਵੱਖਰਾ ਖਵਾ ਦਿੰਦੇ ਆ, ਸਬਜ਼ੀਆਂ ਵਿੱਚ ਪਾ ਕੇ ਤੇਰਾ ਕੁਛ ਬਣਦਾ। ਕਿਆ ਪੋਹਾ? ਸ਼ਿਮਲਾ ਮਿਰਚ ਲੈ ਆਇਓ ਫਿਰ। ਪੋਹਾ? ਸ਼ਿਮਲਾ ਮਿਰਚ ਨਹੀਂ, ਕੈਪਸਿਕਮ। ਗੋਭੀ ਸਸਤੀ ਹੈ, ਗੋਭੀ ਲੈ ਆਇਓ। ਗੋਭੀ ਖਾ ਖਾ ਕੇ ਬੰਦਾ ਗੋਭੀ ਵਰਗਾ ਹੋ ਜਾਂਦਾ ਕਿੱਡਾ। ਇਹਦੀ ਆ ਗਈ ਏ ਘੜੀ। ਵਾਚ ਕਰਾਂਗੇ। ਕਿਹਾ ਸੀਗਾ ਵੀ ਤੁਸੀਂ ਘੜੀ ਲੈਣੀ ਜਿੱਦਾਂ ਚੂੜਾ ਵਧਾਇਆ, ਉਸ ਤੋਂ ਬਾਅਦ ਇਹਨੇ ਕਿਹਾ ਸੀਗਾ ਮੈਨੂੰ ਘੜੀ ਲਿਆ ਦਿਓ, ਵੀ ਹੁਣ ਮੇਰਾ ਹੱਥ ਸੁੰਨਾ ਸੁੰਨਾ ਹੀ ਹੈ, ਵੈਸੇ ਤਾਂ ਕੜਾ ਪਾਇਆ ਹੋਇਆ ਇਹਨੇ। ਮੈਂ ਕਿਹਾ ਘੜੀ ਇਹਦੇ ਲਈ ਮੰਗਾਈਏ। ਵਾਓ, ਓ ਵਾਓ, ਡੱਬੇ ਮੇ ਡੱਬਾ, ਡੱਬੇ ਮੇ ਕੇਕ, ਮੇਰੀ ਮੇਰੀ ਮੈਡ ਬਲਾਖੋ ਮੇਕ। ਬੜੇ ਕਾਗਜ਼ ਭੇਜੇ, ਸਮਾਰਟ ਵਾਚ ਬਣਿਆ ਨਾ। ਮੈਂ ਉਹਦੀ ਉਹ ਪੈਕਿੰਗ ਖੋਲਣੀ ਪਹਿਲਾਂ, ਇਦਾਂ ਫੜਨਾ, ਇਦਾਂ ਇਦਾਂ ਹੁਣ ਕੱਢ ਲਾਂ ਲਗਾ ਕੇ ਬੁੱਖਾ। ਵਾਓ, ਨੋਜ਼ ਦੀ ਨੋਜ਼ ਦੀ ਨੋਜ਼ ਨਹੀਂ ਨੋਏ ਸਾ। ਮੈਂ ਘਰੋਂ ਨਿਕਲਿਆ ਸੀ ਬਾਈਕ ਤੇ ਗਾਰਡ ਪਾਉਣ ਲਈ, ਉਸ ਤੋਂ ਬਾਅਦ ਮੰਡੀ ਜਾਣਾ ਇਸ ਲਈ, ਤੇ ਅੱਧੇ ਰਸਤੇ ਚ ਨਾ ਮੈਨੂੰ ਬਾਈਕ ਦੀ ਥੋੜੀ ਆਵਾਜ਼ ਜੀ ਆ ਰਹੀ ਸੀਗੀ, ਤੇ ਜਦੋਂ ਮੈਂ ਉਹਨੂੰ ਖਿਲਾਰ ਕੇ ਦੇਖਿਆ ਤੇ ਇਹਦਾ ਸ਼ੋਕਰ ਜਿਹੜਾ ਇੱਕ ਹੋ ਗਿਆ ਏ, ਸਫਾਈ ਖਾਲੀ ਹੋ ਗਿਆ ਏ, ਤੇ ਇੱਕ ਹੈਗਾ ਅਜੇ, ਇੱਕ ਨਵਾਂ ਖਰਚਾ ਹੋਰ ਆ ਗਿਆ ਵਾ, ਇਹਨੂੰ ਵੀ ਸਾਂਭਣਾ ਪੈਣਾ। ਹੁਣ ਮੈਂ ਸੋਚਦਾ ਵੀ ਇਹ ਮੁਸ਼ਕਲੇ ਖਤਮ ਕਿਉਂ ਨਹੀਂ ਹੋਤੀ। ਹੈਲੋ ਭਾਈ, ਤੁਹਾਡੀ ਸੈਂਸੋਡਾਈਨ। ਹੈਲੋ, ਪਹਿਲਾਂ ਤੇ ਤੁਹਾਡੀ ਲੈਮੀਨੇਸ਼ਨ ਕਰਾਤੀ ਘੜੀ। ਆ ਕੀ ਆ, ਸਾਈਡਾਂ ਤੋਂ ਕਿੱਦਾਂ ਦੀ ਹੋਈ ਪਈ, ਕਿ ਗੰਦੀ ਕਰ ਲਿਆ ਹੈ ਹੁਣੇ ਹੀ, ਮਾੜੀ ਮੋਟੀ ਹੋ ਗਈ ਹੁਣੇ। ਫਿਨਿਸ਼ਿੰਗ ਕਰਾਉਣ ਤੋਂ ਬਾਅਦ ਮੈਂ ਨਿਕਲਿਆ ਮੰਡੀ ਵਾਸਤੇ। ਯੈਸ, ਮੋਟਰਸਾਈਕਲ ਕੜਕੜ ਕਰ ਲੱਗ ਪਿਆ। ਮੈਂ ਉਤਰਿਆ ਫਟਾਫਟ ਤੇ ਮੈਂ ਦੇਖਿਆ ਤੇ ਮੋਟਰਸਾਈਕਲ ਦਾ ਜਿਹੜਾ ਸ਼ੋਕਰ ਸੀ ਇੱਕ ਖਰਾਬ ਹੋ ਗਿਆ। ਹੁਣ ਉਹਨੂੰ ਭਰਵਾਉਣਾ ਪੈਣਾ, ਉਹਦੀ ਉਹਦਾ ਤੇਲ ਮਤਲਬ ਲੀਕਰ ਲੱਗ ਗਿਆ। ਫਿਰ ਮੈਂ ਮੰਡੀ ਪਹੁੰਚ ਗਿਆ, ਮੰਡੀ ਪਹੁੰਚ ਗਿਆ ਮੈਂ ਵਾਪਸ, ਮੰਡੀ ਪਹੁੰਚ ਗਿਆ ਮੈਂ ਦੇਖਿਆ ਪੈਸੇ ਕਢਾਏ ਨਹੀਂ, ਮੈਂ ਫਿਰ ਵਾਪਸ ਗਿਆ, ਫਿਰ ਏਟੀਐਮ ਲੱਭਿਆ, ਏਟੀਐਮ ਤੋਂ ਪੈਸੇ ਕਢਾਏ, ਫਿਰ ਮੰਡੀ ਪਹੁੰਚਿਆ। ਮੰਡੀ ਘੁੰਮਦੇ ਘੁੰਮਦੇ ਕਿਉਂ 4 ਵਜੇ ਦਾ ਨਿਕਲਿਆ ਮੈਂ, 6 ਵੱਜ ਗਏ ਉੱਧਰ ਤੋਂ, ਮੀਂਹ ਡਰਾਮੇ ਕਰੀ ਜਾਂਦਾ ਬੰਦਾ, ਕੁਛ ਪੈਣਾ ਵਾ ਤੇ ਚੰਗੀ ਤਰ੍ਹਾਂ ਪੈ ਜਾ, ਕਦੀ ਮਾੜਾ ਮਾੜਾ ਕਣੀਆਂ ਪੈ ਜਾਂਦੀਆਂ, ਕਦੀ ਨਹੀਂ ਪੈਂਦੀਆਂ। ਇੱਥੇ ਕਣੀਆਂ ਪਈਆਂ ਮਾੜੀਆਂ ਜੀ, ਤੇ ਮੈਂ ਕੱਪੜੇ ਫਟਾਫਟ ਲਾਏ ਤੇ 1-2 ਬੁੰਦਾ ਪਈਆਂ, ਬੰਦ ਵੀ ਹੋ ਗਿਆ। 1-2 ਗਿਣੀਆਂ ਸੀ ਤੂੰ? ਲਿਆਓ, ਆ ਵੱਢਣੇ ਆ। ਅੱਛਾ, ਆ ਵੱਢਣੇ ਆ। ਲਿਆਓ ਮੇਰੀ ਛੁਰੀ, ਲਿਆਓ ਜਿਹੜਾ ਮੇਰੀ ਦਾਤ, ਲਿਆਓ ਦਾਤ, ਇਹ ਹਮਾਰੀ ਦਾਤ, ਇਸਕੋ ਦੋਈ ਦੋਈ ਕਰ ਲਓ, ਦੋਈ ਦੋਈ। ਯੈਸ, ਪੋਹੇ ਲਈ ਕਰ ਲੱਗੇ ਫਿਰ ਆਪਾਂ? ਨਹੀਂ, ਪੋਹੇ ਨੂੰ ਛੱਡ ਕੇ ਆਪਾਂ ਯੀਪੀ ਪਲੱਸ ਮੈਗੀ ਨੂਡਲਸ ਇਜ਼ ਇਕੁਅਲ ਟੂ ਯੀ ਮੈਗੀ
ਗੋਲਡੀ ਨੇ ਬਣਾਇਆ ਚੋਲ ਐਂਡ ਰਾਜਮਾ, ਓਹਦੇ ਅੱਗੇ ਫਿਰ ਪੋਹਾ ਕੀ ਆ? ਪੋਹਾ ਕੀ ਚੀਜ਼ ਆ? ਓਹਦੇ ਅੱਗੇ ਬੜੀ ਵੱਡੀ ਚੀਜ਼ ਆ, ਉਹ ਹੈਲਦੀ ਹੁੰਦਾ ਵਾ। ਮੈਂ ਦੱਸੂਗੀ ਬਣਾਈ ਤੁਸੀਂ। ਇਸ ਤੋਂ ਬਾਅਦ ਆਪਾਂ ਚੱਲਾਂਗੇ ਸੈਰ ਕਰਨ, ਤੇ ਉੱਥੇ ਤੁਹਾਨੂੰ ਇੱਕ ਜੀਦਾ ਚੀਜ਼ ਦੱਸਾਂਗੇ। ਠੀਕ ਹੈ, ਵਲੋਗ ਨਾ ਬਣੇ ਰਹੇ। ਕਹਿੰਦੇ 99 ਕੀਤੇ, ਇੱਕ ਨਾ ਕੀਤਾ। ਇੱਕ ਨਾ ਕੀਤਾ ਹਮੇਸ਼ਾ ਯਾਦ ਰਹਿੰਦਾ। ਇਹ ਦੁਨੀਆਂ ਦਾ ਦਸਤੂਰ ਆ, ਜਿਹੜਾ ਕੀਤਾ ਕੰਮ ਹੁੰਦਾ ਉਹ ਸਾਰੇ ਭੁੱਲ ਜਾਂਦੇ, ਜਿਹੜਾ ਚੰਗਾ ਕੀਤਾ, ਲੱਖ ਚੰਗਾ ਕੀਤਾ, ਸਾਰੇ ਭੁੱਲ ਜਾਂਦੇ। ਇੱਦਾਂ ਨਹੀਂ ਹੁੰਦਾ, ਜਦੋਂ 99 ਕੰਮ ਚੰਗੇ ਕਰ ਲਵੇ, ਇੱਕ ਕੰਮ ਉਹ 99 ਤੋਂ ਭੈੜਾ ਹੋ ਜਾਂਦਾ ਨਾ, ਜਦੋਂ ਬੰਦੇ ਨੂੰ ਤਾਂ ਕਰਕੇ ਕਹਿੰਦੇ ਵੀ 99 ਕੀਤੇ, ਇੱਕ ਨਾ ਕੀਤਾ। ਜਿਹੜਾ ਨਾ ਕੀਤਾ ਹੁਣ ਉਹ ਕੀਤਾ ਹੁੰਦਾ ਵਾ, ਪਰ ਉਹ ਭੈੜਾ ਕਰ ਦਿੰਦੇ ਆ, ਕੀਤਾ ਘਾਤੀ ਹੋ ਜਾਂਦਾ। ਮੀਂਹ ਪੈ ਗਿਆ ਨੀ ਤੇ ਤੁਹਾਨੂੰ ਦੱਸਣਾ ਸੀ, ਪਲੈਨ ਕੈਂਸਲ ਹੋ ਗਿਆ, ਤੇ ਹੁਣ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਜੇ ਮੀਂਹ ਨਾ ਪਿਆ ਤੇ। ਠੀਕ ਆ, ਕੱਲ ਨੂੰ ਕੋਸ਼ਿਸ਼ ਕਰਾਂਗੇ ਜੇ ਮੀਂਹ ਨਾ ਪਿਆ, ਤੇ ਫਿਰ ਜ਼ਰੂਰ ਦੱਸਾਂਗੇ ਤੁਹਾਨੂੰ ਜੋ ਅੱਜ ਦੱਸਣਾ ਸੀਗਾ, ਪਰ ਹੁਣ ਮੀਂਹ ਪੈ ਗਿਆ। ਸਾਰੇ ਕਹਿ ਲਓ ਵੀ ਕੀਤੇ ਕਰਾਏ ਤੇ ਮੀਂਹ ਪੈ ਗਿਆ, ਪਾਣੀ ਪੈ ਗਿਆ, ਪਾਣੀ ਮੀਂਹ ਦਾ ਪਾਣੀ ਪੈ ਗਿਆ। ਸਤਿ ਸ਼੍ਰੀ ਅਕਾਲ ਜੀ, ਅਗਲੀ ਹੋ ਗਈ ਹੈ ਸਵੇਰ, ਹੁਣ ਆਪਾਂ ਬੈਠੇ ਹਾਂ, ਬ੍ਰੰਚ ਕਰ ਰਹੇ ਹਾਂ, ਕਰ ਲਿਆ ਵਾ, ਗਗਨ ਜਾ ਰਿਹਾ ਨੀਚੇ ਆਫਿਸ 'ਚ ਆਪਣੇ, ਆਫਿਸ 'ਚ ਜਾ ਕੇ ਬਹਿਣਗੇ, ਕੰਮ ਵਗੈਰਾ ਕਰਨਗੇ, ਫਿਰ ਆਊਗੀ ਅਸਲੀ ਖਾਣ ਦੀ ਵਾਰੀ। ਅਸਲੀ ਖਾਣ ਦੀ? ਅਸਲੀ ਖਾਣੀ ਨਕਲੀ ਖਾਦਾ ਜਿਹੜਾ ਤੁਸੀਂ ਮੰਗਿਆ ਵਾ ਕੱਲ? ਹਾਂ, ਉਹ ਵੀ ਚਾਹੀਦਾ ਵਾ। ਮਤਲਬ ਗਗਨ ਦੇ ਹੈਲਥ ਇਸ਼ੂ ਕਰਕੇ ਇਹਨਾਂ ਨੂੰ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਮਨਾ ਵਾ ਉਹ ਚੀਜ਼ਾਂ ਨਹੀਂ ਖਾਣੀਆਂ, ਕਿਉਂਕਿ ਆਪਾਂ ਕੱਲ੍ਹ ਬਣਾਏ ਸੀਗੇ ਰਾਜਮਾਂਹ, ਇਸ ਕਰਕੇ ਗਗਨ ਨੂੰ ਅੱਜ ਮਿਲੇ ਨਹੀਂ, ਇਹਨਾਂ ਨੇ ਦਹੀਂ ਨਾਲ ਰੋਟੀ ਖਾਧੀ ਆ, ਅਤੇ ਚਲੋ ਹੁਣ ਆਪਾਂ ਬਣਾ ਕੇ ਦੇਵਾਂਗੇ ਇਹਨਾਂ ਨੂੰ ਪੋਹਾ। ਪੋਹਾ ਹੈਲਥ ਵਾਸਤੇ ਵਧੀਆ ਹੁੰਦਾ, ਵੈਸੇ ਤਾਂ ਬ੍ਰੇਕਫਾਸਟ ਦੇ ਵਿੱਚ ਉਹਨੂੰ ਕਰਨਾ ਚਾਹੀਦਾ, ਵਧੀਆ ਹੁੰਦਾ ਵਾ। ਪੰਜਾਬ ਦੇ ਵਿੱਚ ਕੀ ਸਾਰੇ ਜਾਣੇ ਸਵੇਰੇ ਸਾਰਿਆਂ ਨੂੰ ਪਰੌਂਠੇ ਚਾਹੀਦੇ ਹੁੰਦੇ ਆ, ਪਰ ਇੰਨਾ ਹੈਵੀ ਨਾਸ਼ਤਾ ਕੋਈ ਨਹੀਂ ਕਰਦਾ ਹੁੰਦਾ ਸਵੇਰੇ ਆਪਾਂ ਹੀ ਕਰਦੇ ਹਾਂ ਜਿਹੜੇ ਕਰਦੇ ਹਾਂ। ਪਾਣੀ ਦੇ ਭੱਜ ਕੇ ਕੀ ਹੋਇਆ ਵਾ? ਹੈ ਤੈਨੂੰ ਕੀ ਲੱਗਣ ਦਿਆ ਵਾ? ਦੁਨੀਆਂ ਗੋਲ ਹੁੰਦੀ,
ਮੈਂ ਥੱਲੇ ਕੁਰਸੀ ਤੇ ਬਿਠਾ ਕੇ ਕੱਚੀ ਲੱਸੀ ਪਿਆ ਕੇ ਫਿਰ ਉੱਪਰ ਲੈ ਕੇ ਆਈ। ਉੱਥੋਂ ਦੁਖਲਾ ਪਿਆ ਮੇਰਾ, ਘੁੰਮਦਾ ਪੈਂਦਾ। ਉਹ ਤਾਂ ਸਹੀ ਬੈਠਾ, ਚਾਹ ਪੀ ਲਈ ਨਾ। ਉਹ ਚਾਹ ਪੀਂਦਾ ਨਾ, ਮੈਂ ਦੁੱਧ ਪੀ ਹੁਣ ਦੁੱਧ ਵੀ ਸਗੋਂ ਹੋਣਾ ਚਾਹੀਦਾ, ਚਾਹ ਪੀਣ ਵਾਲਾ ਹੋਣਾ ਚਾਹੀਦਾ। ਪੁੱਠਾ ਹੀ ਫਿਰਦਾ, ਇਹ ਚਾਹ ਪੀ ਕੇ ਸਿਰ ਘੁਮਾ ਲੈਂਦੇ ਨਾ, ਦੁੱਧ ਪੀ ਕੇ ਸਿਰ ਨਹੀਂ ਘੁੰਮਦਾ। ਕੀ ਕਹਿਣਾ ਚਾਹੋਗੇ? ਇੱਥੇ ਆ ਕੇ ਸਾਰਾ ਕੁਛ ਹੁਣ ਐਸਾ ਕਰਕੇ ਬਾਹਰ ਆ ਜਾਣਾ। ਨਹੀਂ ਨਹੀਂ, ਇਹ ਕੰਮ ਨਹੀਂ ਕਰਦਾ। ਫਾਈਨਲੀ ਬਣਨ ਲੱਗਾ ਇਹ, ਇਨਗਰੀਡੀਐਂਟਸ ਆਪਣੇ ਰੈਡੀ ਆ, ਆਪਾਂ ਹੁਣ ਲਾਉਣ ਲੱਗੇ ਆ ਤੜਕਾ। ਤੇਲ ਵੀ ਆਪਣੇ ਘਰ ਦਾ ਪੂਰਾ ਹੀ, ਪੋਹਾ ਪੋਹਾ ਰਾਈ ਥੋੜੇ ਜਿਹਾ ਪੀਨਟ ਪਾਵਾਂਗੇ, ਫਰਾਈ ਇਹਦੀ ਥੋੜੀ ਜਿਹੀ ਫਰਾਈ ਹੋ ਜਾਏਗੀ। ਇਹਦੇ ਵਿੱਚ ਵੈਸੇ ਕੜੀ ਲੀਵਸ ਵੀ ਪੈਂਦੇ ਆ, ਕੜੀ ਪੱਤਾ, ਉਹ ਆਪਣੇ ਕੋਲ ਹੈ ਨਹੀਂ ਇਸ ਲਈ ਆਪਾਂ ਸਕਿਪ ਕਰਤਾ। ਟਮਾਟਰ, ਨਿੰਬੂ, ਇਹ ਕੀ ਹੋ ਰਿਹਾ? ਇਹ ਮਿਰਚੀ ਡਾਲ ਰਹੇ ਹਾਂ, ਮਿਰਚੀ। ਹਲਦੀ ਵੀ ਪਾਣੀ ਆ? ਪਾਣੀ ਆ ਹਲਦੀ। ਹਲਦੀ ਨਾ ਬੜਾ ਪਿਆਰ ਆ ਮੇਰਾ। ਜਾਂ ਮੈਂ ਲੂਣ ਬਣਾ ਲੂਣ ਬਣਾਉਂਦੀ, ਚੌਲ ਲੂਣ ਵਾਲੇ। ਅੱਛਾ, ਮੈਂ ਘਰੇ ਘਰੇ ਲੂਣ ਬਣਾਉਂਦਾ ਆਪੇ। ਉਦੋਂ ਮੈਂ ਹਲਦੀ ਵਾਲੇ ਬਣਾਉਂਦੇ, ਸਾਰਿਆਂ ਨੇ ਕਹਿਣਾ ਨਹੀਂ ਮੈਂ ਕਿਹੜਾ ਹਲਦੀ ਵਾਲੇ ਖਾਣੇ ਆ, ਮੇਰੇ ਹੱਥ ਦੇ ਵਿੱਚ ਠੀਕ ਆ, ਨਹੀਂ ਤੇ ਨਹੀਂ ਬਣਾਏ ਲੱਗੀ ਖਾਣੇ, ਨਹੀਂ ਤੇ ਮਿਲਣੇ ਨਹੀਂ ਤੁਹਾਨੂੰ ਏਦਾਂ ਹੀ। ਹੋਰ ਕੀ? ਇੱਕ ਹਲਦੀ, ਥੋੜ੍ਹਾ ਜਿਹਾ ਧਨੀਆ ਪਾਊਡਰ, ਧਨੀਆ ਪਾਊਡਰ। ਦੈਨ ਜਾਏਗੀ ਆਪਣੀ ਟੋਮੈਟੋ ਕੈਚਪ, ਟੰਗੀ ਟੰਗੀ ਜਿਹਾ ਆਉਂਦਾ ਆ ਸਵਾਦ। ਮੇਰੇ ਅੱਖਾਂ 'ਚ ਹੁਣੇ ਪਾਣੀ ਆ ਲੱਗਿਆ। ਅੱਖਾਂ 'ਚ? ਉਹ ਸੱਚ ਮੂੰਹ 'ਚੋਂ ਕਿਉਂ ਬੁਰਾ ਲੱਗਿਆ ਹੋਇਆ ਪਿਆ ਤੇਰਾ? ਦੇਖ ਸਕਦੇ ਆ, ਵੀਡੀਓ ਲਾਈਕ ਕਰ ਦੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਆਹ ਪਾਣੀ ਮੇਨ ਚੀਜ਼ ਤੇ ਭੁੱਲ ਗਿਆ ਆਪਾਂ, ਪਾਣੀ ਹੈ, ਪਾਣੀ ਭੁੱਲ ਗਈ। ਕੱਲ ਸਪੈਸ਼ਲੀ ਮੰਗਵਾਈ ਹੈ ਕਿ ਇਹ ਪਾਣੀ ਹੈ, ਨਿੰਬੂ ਔਰ ਕੈਪਸਿਕਮ ਤੇ ਸਪੈਸ਼ਲ ਲੈ ਗਿਆ ਹੈ ਤੇ ਬਸ ਭੁੱਲ ਹੀ ਗਈ, ਦਿਮਾਗ ਚ ਨਿਕਲ ਗਿਆ। ਕੈਪਸਿਕਮ ਵੀ ਆਪਣੇ ਆਪਣੇ ਕੋਕੀਆਂ ਹੋ ਚੁੱਕੇ ਆ, ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ। ਆਏ ਨਾ ਲਈ ਚੋਲ, ਚੋਲ ਪਾ ਦੇ ਵਿੱਚ, ਚੋਲ ਵੀ ਹੈ, ਉਹ ਚੋਲ ਹੀ ਹੈ, ਰਾਈਸ ਫਲੇਕਸ ਆ ਵੈਸੇ ਤਾਂ, ਇਹ ਚੋਲ ਹੀ ਹੈ। ਸੋ ਪੋਹਾ ਬਣ ਕੇ ਰੈਡੀ ਆ ਆਪਣਾ, ਤੇ ਹੁਣ ਕਰਦੇ ਆ ਟੇਸਟ। ਮੈਂ ਖੱਬੇ ਹੱਥ ਨਾਲ ਖਾ ਰਿਹਾ ਵਾ, ਕਿਉਂਕਿ ਸੱਜੇ ਹੱਥ ਨਾਲ ਕੈਮਰਾ ਫੜਿਆ ਵਾ। ਬਹੁਤ ਘੈਂਟ ਬਣਾਇਆ। ਗੋਲਡੀ ਆ ਰਹੀ ਥੱਲੋ ਚਾਹ ਲੈ ਕੇ, ਨਾਲ ਚਾਹ ਬਿਨਾਂ ਤਾਂ ਉਹਨੂੰ ਲੰਘਦਾ ਨਹੀਂ। ਆਹ ਨਾਲ ਖਾਊਗੀ ਹੁਣ ਉਹ ਪੋਹਾ, ਸਵੇਰ ਦੀ ਭੁੱਖ ਲੱਗੀ ਸੀਗੀ, ਆਪਾਂ ਉਦੋਂ ਦਾ ਹੀ ਬ੍ਰੰਚ ਕੀਤਾ ਹੋਇਆ ਵਾ, ਮੁੜ ਕੇ ਕੁਛ ਖਾਧਾ ਹੀ ਨਹੀਂ, ਟਾਈਮ ਨਹੀਂ ਲੱਗਾ ਮੇਰਾ, ਥੋੜ੍ਹਾ ਉਦੋਂ ਸਿਰ ਘੁੰਮਣ ਲੱਗ ਪਿਆ ਸੀਗਾ, ਪੁੱਠੇ ਪੰਗੇ ਲਿੱਤੇ ਸੀ, ਸਿਰ ਘੁੰਮਣ ਲੱਗ ਪਿਆ। ਅਤੇ ਉਸ ਤੋਂ ਬਾਅਦ ਮੈਂ ਥੋੜ੍ਹੀ ਜਿਹੀ ਰੈਸਟ ਕੀਤੀ, ਫਿਰ ਜਾ ਕੇ ਸੈੱਟ ਹੋਇਆ, ਅਤੇ ਗੋਲਡੀ ਨੇ ਮੇਰੇ ਬਾਮ ਲਾਈ ਸੀ ਸਿਰ 'ਤੇ, ਜਿਹੜਾ ਇੱਕ ਸਸਪੈਂਸ ਕ੍ਰੀਏਟ ਕੀਤਾ ਸੀਗਾ, ਉਹ ਰਾਤ ਨੂੰ ਜ਼ਰੂਰ ਦੱਸਾਂਗੇ। ਵੈਸੇ ਹੁਣ ਮੀਂਹ ਹਟ ਚੁੱਕਾ ਵਾ, ਅਤੇ ਰਾਤੀ ਜਾਵਾਂਗੇ, ਨਾਲ ਤੁਹਾਨੂੰ ਦੱਸਾਂਗੇ ਫਿਰ ਸਸਪੈਂਸ ਜਿਹੜਾ ਸੀਗਾ। ਨਾਓ ਇਟਸ ਟਾਈਮ ਟੂ ਐਂਡ ਦ ਸਸਪੈਂਸ। ਆਹ ਦੇਖੋ ਟਾਈਮ 8:29 ਆ, ਅਤੇ ਆਪਾਂ ਚੱਲਿਆ ਗੋਲਡੀ ਦੇ ਘਰੇ, ਅਤੇ ਘਰੇ ਜਾ ਕੇ ਤੁਹਾਨੂੰ ਟਾਈਮ ਦਿਖਾਵਾਂਗੇ, ਅਤੇ ਤੁਸੀਂ ਮਤਲਬ ਦੇਖਿਓ ਵੀ ਗੋਲਡੀ ਦਾ ਘਰ ਕਿੰਨਾ ਨੇੜੇ ਆ, ਆਪਣੇ ਘਰ ਤੋਂ ਗੋਲਡੀ ਦਾ ਘਰ ਕਿੰਨਾ ਨੇੜੇ ਆ, ਕਿੰਨਾ ਟਾਈਮ ਲੱਗਦਾ ਸਾਨੂੰ ਜਾਣ ਨੂੰ। 8:34 ਲਓ ਜੀ, ਆਪਣੀ ਬੱਸ ਸੁਪਰ ਫਾਸਟ ਆਈ ਆ। ਸਤਿ ਸ੍ਰੀ ਅਕਾਲ ਜੀ, ਕੀ ਤੁਹਾਡਾ ਹਾਲ ਜੀ? ਸੁਪਰ ਫਾਸਟ ਆਇਆ, ਮੈਂ ਟਾਈਮ ਦਿਖਾ ਰਿਹਾ ਸੀਗਾ ਕਿ 8:30 ਤੇ ਅਸੀਂ ਤੁਰੇ ਹਾਂ,
8:34 ਇੱਥੇ ਪਹੁੰਚ ਗਏ। ਸਾਰੇ ਬਹੁਤ ਦੂਰ ਆ, ਸਾਰੇ ਬਹੁਤ ਦੂਰ ਆ ਮੇਰੇ, ਤੇ ਇਹਦਾ ਕੁੜੀਆਂ ਸ਼ਾਮੀ ਪਹੁੰਚਿਆ ਘਰ। ਸਹੀ ਗੱਲ ਆ, ਇਹਨੂੰ ਨਹੀਂ ਕਿਹਾ ਵੀ ਕੁਲਚੇ ਤੇ ਛੋਲੇ ਨਹੀਂ ਖਾਣੇ। ਕਿਉਂ ਨਹੀਂ ਖਾਣੇ? ਮੈਂ ਖਾਣੇ ਆ, ਮੈਂ ਪੜਾਏ ਆ। ਮਾਂ ਮੈਂ ਖਾਉਂਗੀ, ਤੁਸੀਂ ਨਹੀਂ ਖਾਣੇ। ਇੱਧਰ ਗੱਲ ਕਰੋ, ਇੱਧਰ ਖਾਣੇ ਆ, ਨਹੀਂ ਮੈਂ ਪੜਾਏ ਆ। ਮਨਾ ਵਾ ਉਹਨਾਂ ਨੂੰ, ਕੋਈ ਨਹੀਂ, ਅੱਜ ਦੇ ਦਿਨ ਸਭ ਮਾਫ ਆ, ਸਭ ਸਾਫ ਹੈ, ਅੱਜ ਸਭ ਮਾਫ ਹੈ, ਢਿੱਡੇ ਸਾਫ ਹੈ। ਅੱਜ ਮੈਂ ਕੁਛ ਵੀ ਨਹੀਂ ਖਾਣਾ, ਮੈਂ ਬੋਰਿੰਗ ਕਰਤਾ ਨਾ ਨਾਟਕ ਅਨੁਪਮਾ ਦਾ ਉਹਨਾਂ ਨੇ। ਕੈਸੇ ਹੋ? ਠੀਕ ਹੋ? ਕਿਆ ਕਰ ਰਹੇ ਹੋ? ਓਬਲਾ ਯੇ ਵੋ ਵਾਲਾ ਹੈ, ਸਤਿ ਸ਼੍ਰੀ ਅਕਾਲ ਆਤੀ ਹੈ ਆਪਕੋ ਬੁਲਾਨੀ। ਰੋਟੀ ਪਾਣੀ ਖਾ ਕੇ ਆਪਾਂ ਘਰੇ, ਪਰ ਬਾਰਿਸ਼ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ, ਬਹੁਤ ਜ਼ਿਆਦਾ ਤੇਜ਼ ਮੀਂਹ ਪੈ ਰਿਹਾ ਵਾ, ਤੇ ਪਿੱਛੇ ਆਵਾਜ਼ਾਂ ਸੁਣ ਸਕਦੇ ਹੋ। ਸਾਰੇ ਜਿੰਨੇ ਵੀ ਜਣੇ ਆਏ ਸੀ, ਕੋਈ ਵੀ ਨਹੀਂ ਘਰੇ ਗਿਆ, ਸਾਰੇ ਕਹਿੰਦੇ ਅਸੀਂ ਇੱਥੇ ਹੀ ਰਵਾਂਗੇ। ਜਾਇਓ ਤੇ ਜੋ ਵੀ ਮਾੜਾ ਲੱਗਾ ਚੰਗਾ ਲੱਗਾ ਕਮੈਂਟ ਦੇ ਵਿੱਚ ਜਰੂਰ ਦੱਸਿਓ। ਕੱਲ ਨੂੰ ਮਿਲਾਂਗੇ, ਕੱਲ ਹੈਗਾ ਵਾ ਫੰਕਸ਼ਨ, ਤੇ ਆਪਾਂ ਰੈਡੀ ਰੈਡੀ ਹੋ ਕੇ ਸਾਰਿਆਂ ਨੂੰ ਮਿਲਾਂਗੇ। ਓਕੇ ਬਾਏ। ਵਿੱਚ ਮਿੱਠਾ ਜ਼ਰੂਰ ਪਾ ਦਿਓ। ਮਿੱਠਾ ਵੀ ਪਾ ਦਾਂਗੇ।